ਅਸੀਂ ਨਹੀਂ ਬੋਲ ਸਕਦੇ, ਤੂੰ ਸੁਣ ਲੈ। ਇਹਨਾਂ ਨੂੰ ਸਿਰਫ ਇੰਨੀ ਤਕਲੀਫ ਹੈ ਤੇ ਉਹ ਜੇ 1158 ਭਰਤੀ ਹੋ ਜਾਣਗੇ ਤੇ ਕਿਤੇ ਪੁਰਾਣੀ ਸਰਕਾਰ, ਮੇਰੇ ਮਨ ਚ ਤਾਂ ਇਹ ਸੀ ਮੰਤਰੀ ਜੀ ਭਈ ਜਦੋਂ ਭਰਤੀ ਹੋ ਜਾਊਗੀ। ਹਰ ਮੀਟਿੰਗ ਦੀ ਮੇਰੇ ਕੋਲ ਵੀਡੀਓ ਰਿਕਾਰਡਿੰਗ ਹੈ, ਹਰ ਮੀਟਿੰਗ ਦੀ ਮੇਰੇ ਕੋਲ ਆਡੀਓ ਵੀਡੀਓ ਰਿਕਾਰਡਿੰਗ ਹੈ ਸਰ। ਆਈ ਐਮ ਰੈਡੀ ਟੂ ਫੇਸ ਐਨੀ ਸਰ ਪੋਲੀਗ੍ਰਾਫ ਟੈਸਟ, ਨਾਰਕੋ ਟੈਸਟ ਸਰ। ਕਦੀ ਕਦੇ ਮੇਰੇ ਹਲਕੇ 'ਚ ਡਾਂਗ ਨਹੀਂ ਚੱਲੀ। ਮੰਤਰੀ ਸਾਹਿਬ ਇਦਾਂ ਦੀ ਐਰੋਗੈਂਸ ਨਾ ਵਰਤੋ। ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ 100% ਉਹਦੇ 'ਚ ਠੀਕ ਕੀਤਾ, ਹੋ ਸਕਦਾ ਗਲਤੀਆਂ ਹੋਈਆਂ ਹੋਣ, ਬਟ ਉਹਨਾਂ ਲੜਕਿਆਂ ਨੂੰ, ਉਹਨਾਂ ਬੱਚਿਆਂ ਨੂੰ ਸੁਣੋ ਤਾਂ ਸਹੀ ਉਹਨਾਂ, ਕਿਉਂਕਿ ਆਪਾਂ ਡੈਮੋਕ੍ਰੇਸੀ ਦਾ ਜਿਹੜਾ ਚੌਥਾ ਪਿੱਲਰ ਹੈ। ਇੱਕ ਮਿੰਟ ਠਹਿਰ ਜਾਓ ਮਾੜਾ ਜਿਹਾ, ਇੱਕ ਮਿੰਟ। ਗੱਲ ਇਹੀ ਹੈ ਕਿ ਹੋਰ ਕੋਈ, ਇੱਕ ਹੋਰ ਗੱਲ ਹੈ, ਇੱਕੋ ਹੀ ਗੱਲ ਕਰਨੀ ਹੁੰਦੀ ਹੈ ਜੀ, ਬਾਕੀਆਂ ਤੋਂ ਕਰਾ ਲਈਏ ਆਪਾਂ। ਮੈਂ ਕਹਿੰਦਾ ਸਿਰਫ ਇੱਕੋ ਹੀ ਗੱਲ, ਕਿਉਂਕਿ ਗੁਰਦੁਆਰਾ ਸਾਹਿਬ ਦੀ ਗੱਲ ਹੈ ਸੁਲਤਾਨਪੁਰ ਦੀ। ਤੁਸੀਂ ਦੋ ਪੱਤਰਕਾਰਾਂ ਨੂੰ ਉੱਥੇ ਕੁੱਟਿਆ, ਐਮਐਲਏ ਵੀ ਹੋਣਾ ਉੱਥੋਂ ਦਾ ਕੋਈ? ਹਾਂਜੀ, ਉੱਥੋਂ ਦਾ ਕੋਈ ਹੋਰ ਐਮਐਲਏ ਹੋਏਗਾ ਨੇੜੇ ਤੇੜੇ ਦਾ? ਕਿੱਥੇ ਦਾ, ਮੈਂ ਤਾਂ ਉੱਥੇ ਜਾ ਕੇ ਆਇਆ, ਚਲੋ ਹੋਰ ਤਾਂ ਕੋਈ ਚਲੋ ਨਹੀਂ ਗਿਆ, ਮੈਂ ਤਾਂ ਸਿਰਫ ਇਸ ਕਰਕੇ ਦੱਸਣਾ ਚਾਹੁੰਦਾ ਜੀ ਮੰਤਰੀ ਸਾਹਿਬ, ਇੱਕ ਮਿੰਟ ਬਸ, ਤੁਸੀਂ ਬਾਅਦ 'ਚ ਜੋ ਕਹਿਣਾ ਕਹਿ ਲਿਓ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ। ਦੋ ਪੱਤਰਕਾਰਾਂ ਨੂੰ ਕੁੱਟਿਆ ਗਿਆ ਸਵੇਰੇ 5:30, ਦੋ ਧਿਰਾਂ ਦੇ ਵਿੱਚ ਲੜਾਈ ਆ, ਐਡੀ ਕਿਹੜੀ ਗੱਲ ਹੈ? ਇੱਦਾਂ ਦੀਆਂ ਗਲਤੀਆਂ ਪਿਛਲੀਆਂ ਸਰਕਾਰਾਂ ਨੇ ਵੀ ਕੀਤੀਆਂ, ਔਰ ਉਹਦਾ ਮੋਬਾਈਲ ਇਸ ਕਰਕੇ ਖੋਇਆ ਗਿਆ ਕਿਉਂਕਿ ਉਹਦੇ ਵਿੱਚ ਜਿਹੜੀਆਂ ਵੀਡੀਓ ਬਣੀਆਂ ਸੀ ਉਹਦੇ ਵਿੱਚ 100 ਰਾਊਂਡ ਜਿਹੜੇ ਆ ਉਹ ਚਲਾਏ ਗਏ। ਪਹਿਲਾਂ ਤਾਂ ਪੁਲਿਸ ਇਹ ਵੀ ਕਹਿੰਦੀ ਸੀ ਕਿ ਹਾਂ ਵੀ ਅਸੀਂ ਤਾਂ ਉੱਥੇ ਅੰਦਰ ਹੀ ਨਹੀਂ ਗਏ, ਪਰ ਉਹ ਉੱਥੇ ਅੰਦਰ ਵੀ ਗਏ ਆ। ਇਹਦੀ ਤੁਸੀਂ ਕਿਤੇ ਨਾ ਕਿਤੇ ਜਿਹੜੀ ਮਾਈਨਿੰਗ ਵਾਲੀ ਵੀ ਗੱਲ ਹੈ, ਅੱਜ ਤੱਕ ਮੇਰੇ ਹਲਕੇ 'ਚ ਮਾਈਨਿੰਗ ਨਹੀਂ ਹੋਈ ਕਿਉਂਕਿ ਉੱਥੋਂ ਦੀ ਕੋਈ ਆ ਲੰਘਦਾ ਹੀ ਨਹੀਂ ਹੈ, ਦਰਿਆ ਹੀ ਨਹੀਂ ਲੰਘਦਾ। ਕਿਤੇ ਸਪੀਕਰ ਸਾਹਿਬ ਹਾਊਸ ਦੀ ਕੋਈ ਕਮੇਟੀ ਬਣਾ ਦਿਓ ਜਿਹੜੀ ਮੇਰੇ ਹਲਕੇ 'ਚ ਜਾ ਕੇ ਇਹ ਦੇਖ ਲਵੇ ਵੀ ਕਿੰਨੇ ਕਿੰਨੇ ਫੁੱਟ ਮਾਈਨਿੰਗ ਜਿਹੜੀ ਹੋਈ ਆ। ਠੀਕ ਹੈ ਜੀ, ਤੇ ਮੰਤਰੀ ਸਾਹਿਬਾਂ ਨੂੰ ਮਾੜਾ ਜਿਹਾ ਇੰਨਾ ਤਾਂ ਰਿਕੁਐਸਟ ਕਰ ਦਿਓ ਵੀ ਹਾਂ ਵੀ ਕਿਤੇ ਹਾਊਸ ਤੇ। ਥੈਂਕ ਯੂ, ਥੈਂਕ ਯੂ ਮੰਤਰੀ ਜੀ। 0 ਆਵਰ 'ਚ ਜਵਾਬ ਹੁੰਦਾ ਨਹੀਂ, ਠੀਕ ਹੈ। ਹਰਜੋਤ ਬੈਂਸ ਜੀ, ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ। ਮੈਂ ਹੁਣ ਉਹਨਾਂ ਨੇ ਫਿਰ ਕਹਿੰਦੇ ਜਵਾਬ ਨਹੀਂ ਦਿੰਦੇ, ਜਦੋਂ ਜਵਾਬ ਦੇਣ ਲੱਗੇ ਫਿਰ ਕਹਿੰਦੇ ਲਾਉਣਾ ਨਹੀਂ। ਬੇਨਤੀ ਹੈ ਮੇਰੀ ਜੀ, ਬੋਲੋ ਜੀ। ਮਾਨਯੋਗ ਸਪੀਕਰ ਸਾਹਿਬ, ਪਹਿਲਾਂ ਤਾਂ ਮੈਂ ਸਾਰੇ ਐਮਐਲਏ ਸਾਹਿਬਾਨਾਂ ਤੋਂ ਮਾਫੀ ਮੰਗਦਾ, ਮੈਂ ਉਹਨਾਂ ਦਾ 0 ਹਾਰ ਦੇ ਵਿੱਚੋਂ ਜਿਹੜਾ ਹੈ 5 ਮਿੰਟ ਕੀਮਤੀ ਸਮਾਂ ਲਊਂਗਾ, ਪਰ ਇਹ ਬਹੁਤ ਗੰਭੀਰ ਮਸਲੇ ਆ ਮਾਨਯੋਗ ਸਪੀਕਰ ਸਾਹਿਬ। ਇਲਜ਼ਾਮ ਲਗਾਉਣੇ, ਦੇਖੋ ਜਿਹੜੇ ਲੋਕ ਅੱਜ ਪਤਾ ਲੱਗੇ ਪੰਜਾਬ ਨੂੰ ਕਿ ਅਸਲੀ ਕਾਤਲ ਹੈ ਕੌਣ ਸਰ, ਬੜੇ ਆਸਾਨੀ ਨਾਲ ਕਹਿ ਦਿੱਤਾ ਕਿ ਸਾਡੇ ਹਲਕੇ 'ਚੋਂ ਤਾਂ ਦਰਿਆ ਵਗਦਾ ਨਹੀਂ ਸਰ। ਸਾਡੀ ਧਰਤੀ ਹੈ ਅਨੰਦਪੁਰ ਸਾਹਿਬ, ਪੰਜਾਬ ਦਾ 70% ਸਰ ਗ੍ਰੈਵਲ ਅਤੇ ਸੈਂਡ ਉਸ ਧਰਤੀ ਤੋਂ ਆਉਂਦਾ ਜਾਂ ਪਠਾਨਕੋਟ ਤੋਂ ਆਉਂਦਾ ਸਰ। ਮੇਰੇ ਭਾਣੇ ਅੱਜ ਇਹ ਸਾਰੇ ਲਿਖ ਕੇ ਦੇ ਦੇਣ ਕਿ ਇਹਨਾਂ ਦੀ ਕੌਨਸੀਕੁਐਂਸੀ 'ਚ ਕੋਈ ਸੜਕ ਕੋਈ ਘਰ ਦੀ ਲੋੜ ਨਹੀਂ, ਅਤੇ ਮੈਂ ਆਪ ਕਹਿੰਦਾ ਕਿ ਮੇਰੇ ਹਲਕੇ 'ਚੋਂ ਮਾਈਨਿੰਗ ਬੰਦ ਹੋਵੇ ਸਰ। ਸਾਡੇ ਤਾਂ ਪਾਣੀ ਡੂੰਘੇ ਹੋਈ ਜਾ ਰਹੇ ਆ, ਅਸੀਂ ਸਰ ਉਸ ਤੋਂ ਬਾਅਦ ਜਿਨ੍ਹਾਂ ਦੇ ਉੱਤੇ ਕਦੀ ਬਹੁਤ ਸੌਖਾ ਜੀ ਦਾ ਚਾਚਾ ਇਹਦਾ ਫਲਾਣਾ ਸਾਬਤ ਕਰ ਦੇਣ ਸਰ। ਆਈ ਐਮ ਰੈਡੀ ਟੂ ਫੇਸ ਐਨੀ ਸਰ ਪੋਲੀਗ੍ਰਾਫ ਟੈਸਟ, ਨਾਰਕੋ ਟੈਸਟ ਸਰ। ਹਰਜੋਤ ਬੈਂਸੇ ਸੌਂਗ ਹਨ ਇਮਾਨਦਾਰੀ ਨਾਲ ਸਰ, ਮੈਂ ਮਾਈਨਿੰਗ ਮਿਨਿਸਟਰ ਰਿਹਾ, ਅੱਜ ਤੱਕ ਦਾ ਇਸ ਪੰਜਾਬ ਦਾ ਹਾਈਐਸਟ ਰੈਵੇਨਿਊ ਸਿਰਫ ਸਰ ਸਾਡੇ ਕਾਲ ਦੇ ਵਿੱਚ ਸੀਐਮ ਸਾਹਿਬ ਦੀ ਦੇਖ ਰੇਖ ਵਿੱਚ ਇੱਕੋ ਹੀ ਬੰਦਾ ਸਰ ਅੱਜ ਤੱਕ ਸਰ, ਇੱਕੋ ਹੀ ਵੱਡਾ ਜਿਹੜਾ ਇਸ ਮਾਈਨਿੰਗ ਮਾਫੀਆ ਦੇ ਵਿੱਚ ਅਗਰ ਰਾਕੇਸ਼ ਚੌਧਰੀ ਨੂੰ ਕਿਸੇ ਨੇ ਅੰਦਰ ਪਾਇਆ ਉਹ ਹਰਜੋਤ ਬੈਂਸ ਨੇ ਬਤੌਰ ਮਾਈਨਿੰਗ ਮਿਨਿਸਟਰ ਪਾਇਆ, ਤੇ ਬਿਕਰਮ ਜੀਠੀਆ ਕਿਹਦੇ ਨਾਲ ਬੈਠ ਕੇ ਪੀਸੀ ਕਰਦਾ? ਇੱਕ ਵਕੀਲ ਸਰ, ਇੱਕ ਬਲੈਕਮੇਲਰ ਮੇਰੇ ਹਲਕੇ ਦਾ, ਜਿਹਦੀ ਮੇਰੇ ਕੋਲ ਇੱਕ ਆਡੀਓ ਰਿਕਾਰਡਿੰਗ ਹੈ ਜੋ ਕਹਿੰਦਾ ਰਾਕੇਸ਼ ਚੌਧਰੀ ਨੇ 1 ਲੱਖ ਰੁਪਇਆ ਦੇ ਦਿੱਤਾ, ਕੱਲ੍ਹ ਉਹ ਮਾਈਨਿੰਗ ਚਲਾ ਦਿਓ। ਬਲੈਕਮੇਲਰਾਂ ਨਾਲ ਬੈਠ ਕੇ ਸਰ ਇਹ ਲੋਕ ਉੱਥੇ ਕਰਦੇ ਆ। ਅੱਜ ਇਹ ਕਹਿ ਦੇਣ ਸਰ ਬੰਦ ਕਰ ਦਿੱਤਾ ਜਾਵੇ, ਜਿਸ ਬੰਦੇ ਨੂੰ ਸਰ
ਈਡੀ ਵਾਲੀ ਜ਼ਮੀਨ ਦੇ ਉੱਤੇ ਬਿਕਰਮ ਮਜੀਠੀਏ ਦੇ ਪੁਰਾਣੇ ਯਾਰ ਭੋਲੇ ਵਾਲੀ ਜ਼ਮੀਨ, ਹੁਣ ਬਹਿ ਜਾਓ ਯਾਰ, ਅਸੀਂ ਨਹੀਂ ਬੋਲ ਸਕਦੇ। ਹੁਣ ਸੁਣ ਲੈ ਮੰਤਰੀ ਜੀ, ਹੁਣ ਸੁਣ ਤਾਂ ਲਓ, ਕੇਅਰ ਨੂੰ ਐਡਰੈਸ ਕੀਤਾ ਜਾਵੇ, ਕੇਅਰ ਨੂੰ ਐਡਰੈਸ ਕੀਤਾ ਜਾਵੇ, ਤੁਸੀਂ ਅਸੀਂ ਬੋਲ ਵੀ ਨਹੀਂ ਸਕਦੇ, ਕੇਅਰ ਨੂੰ ਐਡਰੈਸ ਕੀਤਾ ਜਾਵੇ, ਕੇਅਰ ਨੂੰ ਐਡਰੈਸ ਕੀਤਾ ਜੀ। ਸਰ ਮਜੀਠੀਆ ਦੇ ਪੁਰਾਣੇ ਯਾਰ ਭੋਲਾ ਸਰ, ਜਿਹਦੀ ਜ਼ਮੀਨ ਦੀ ਗੱਲ ਕਰਦੇ ਈਡੀ ਵਾਲੇ, ਉਹਦੇ ਵਿੱਚ ਸਰ ਜਿਹੜੀ ਅਰੈਸਟ ਹੋਈ ਹੈ ਸਰ, ਉਹ ਅਕਾਲੀ ਦਲ ਦਾ ਲੀਡਰ ਹੈ ਦਲਜੀਤ ਚਿਮੇ ਨਾਲ ਉਹਦੀ ਫੋਟੋ ਆਏ ਨਾ ਸਰ। ਸਰ ਗੱਲ ਆ ਗਈ 11-58 ਦੀ, ਸਰ 11-58 ਦਾ ਅੱਜ ਪਤਾ ਲੱਗੇ ਸਰ ਅਸਲੀ ਕਾਤਿਲ ਕੌਣ ਹੈ। ਸਰ ਨਵੰਬਰ 2021 ਦੇ ਵਿੱਚ ਜਦੋਂ ਪਤਾ ਕਿ ਸਿਰਫ ਕੋਰਟ ਨੂੰ ਕੁਛ ਦਿਨ ਰਹਿ ਗਏ ਨੇ, ਕੁਛ ਘੰਟੇ ਰਹਿ ਗਏ ਨੇ ਭਰਤੀ ਲੈ ਕੇ ਆ ਗਏ, ਅਤੇ ਅੱਜ ਸਰ ਉੱਥੇ ਜਾ ਕੇ ਬਣੇ ਹੋਏ ਆ। ਮੈਂ ਬਹੁਤ ਇੱਜ਼ਤ ਕਰਦਾ ਸੀ ਸਰ ਪ੍ਰਗਟ ਸਿੰਘ ਜੀ ਦੀ, ਪਰ ਜੋ ਸਰ ਸੱਚ ਹੈ, ਤੱਥ ਹੈ, ਨਵੰਬਰ 2021 ਦੇ ਵਿੱਚ ਸਰ ਇਹ ਭਰਤੀ ਕੱਢੀ ਜਾਂਦੀ ਹੈ। ਸਰ ਡਿਸੈਂਟ ਨੋਟ ਹੈ, GNDU ਦੇ ਵਾਈਸ ਚਾਂਸਲਰ ਨੇ ਕਹਿ ਦਿੱਤਾ ਤੁਸੀਂ ਗਲਤ ਤਰੀਕੇ ਨਾਲ ਭਰਤੀ ਕਰ ਰਹੇ ਹੋ, ਇਹ ਭਰਤੀ ਕਦੀ ਪੂਰੀ ਨਹੀਂ ਹੋਣੀ। ਉਸਦੇ ਬਾਵਜੂਦ ਜਾ ਕੇ ਸਰ ਸਿਰਫ ਰਾਜਨੀਤਿਕ ਲਾਹੇ ਲੈਣ ਲਈ, ਸਰ ਸਿਰਫ ਰਾਜਨੀਤਿਕ ਲਾਹੇ ਲੈਣ ਲਈ ਸਰ 1200 ਬੱਚਿਆਂ ਦਾ ਭਵਿੱਖ ਹੀ ਨਹੀਂ ਖਤਮ ਕਰ ਦਿੱਤਾ। ਸਰ ਜੁਲਾਈ 2022 ਦੀ ਸਰ ਹਾਈਕੋਰਟ ਦੀ 88 ਸਫਿਆਂ ਦੀ ਜੱਜਮੈਂਟ ਹੈ, ਉਸਦੇ ਵਿੱਚ ਇੱਕ ਇੱਕ ਸਫੇ ਦੇ ਉੱਤੇ ਦੱਸਿਆ ਕਿ ਕਿਵੇਂ ਪ੍ਰਗਟ ਸਿੰਘ ਜੀ ਨੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ, ਤੇ ਉਹਦੇ ਵਿੱਚ ਜੱਜ ਨੇ ਲਿਖਿਆ ਆਖਰੀ ਵਿੱਚ ਸਰ ਮਾਨਯੋਗ ਹਾਈਕੋਰਟ ਦੇ ਮਾਨਯੋਗ ਜੱਜ ਸਾਹਿਬ ਇਹ ਲਾਈਨ ਲਿਖਦੇ ਨੇ ਕਿ ਮੈਨੂੰ ਪਤਾ ਇਹਨਾਂ ਬੱਚਿਆਂ ਦੀ ਜ਼ਿੰਦਗੀ ਤਬਾਹ ਹੋਊਗੀ, ਪਰ ਇੰਨੀ ਇਲੀਗੈਲਿਟੀ ਹੈ ਇਸ ਭਰਤੀ 'ਚ ਕਿ ਮੈਂ ਕਿਸੇ ਰੂਪ 'ਚ ਵੀ ਇਸ ਭਰਤੀ ਨੂੰ ਮੁਕੰਮਲ ਨਹੀਂ ਕਰ ਸਕਦਾ। ਸਰ ਮੈਂ ਹਾਇਰ ਐਜੂਕੇਸ਼ਨ, ਇੱਕ ਸੈਕਿੰਡ ਲੈਟ ਮੀ ਫਿਨਿਸ਼ ਸਰ, ਇੱਕ ਸੈਕਿੰਡ ਸਰ, 2 ਮਿੰਟ ਹੋ ਬਸ ਆਖੀ, ਚਲੋ ਉਹਨੂੰ ਪੂਰਾ ਤੁਹਾਨੂੰ ਸੁਣ ਲਾਂਗੇ, ਤੁਹਾਨੂੰ ਗੱਲ ਕਰ ਸਰ। ਸਰ ਜਨਵਰੀ 2023 ਮੈਂ ਹਾਇਰ ਐਜੂਕੇਸ਼ਨ ਮੰਤਰੀ ਜੀ, ਇੱਕ ਮਿੰਟ ਬੈਠੋ ਬੈਠੋ ਆਪਣਾ, ਹਾਂਜੀ ਹਾਂ ਪ੍ਰਗਟ ਸਿੰਘ ਜੀ ਇੱਕ ਮਿੰਟ ਦੀ, ਪ੍ਰਗਟ ਸਿੰਘ ਇੱਕ ਮਿੰਟ ਦੀ, ਮੰਤਰੀ ਬੈਠੋ ਤੁਸੀਂ। ਸਪੀਕਰ ਸਾਹਿਬ, ਲਰਨਡ ਮੰਤਰੀ ਸਾਹਿਬ ਨੂੰ ਇਹ ਪੁੱਛ ਲਓ ਇਹਨਾਂ ਨੇ ਰਿਵਿਊ ਪਟੀਸ਼ਨ ਪਾਈ ਆ, ਰਿਵਿਊ ਪਟੀਸ਼ਨ ਕਦੋਂ ਪੈਂਦੀ ਆ, ਕਦੋਂ ਪੈਂਦੀ ਆ, ਇੱਕ ਮਿੰਟ, ਰਿਵਿਊ ਪਟੀਸ਼ਨ ਇਹਨਾਂ ਨੇ ਖੁਦ ਪਾਈ ਆ, ਠੀਕ ਹੈ ਜੀ, ਲੇਕਿਨ ਸਿਰਫ ਇਹਨਾਂ ਨੂੰ ਸਿਰਫ ਇੰਨੀ ਤਕਲੀਫ ਹੈ ਤੇ ਉਹ ਜੇ 1158 ਭਰਤੀ ਹੋ ਜਾਣਗੇ ਤੇ ਕਿਤੇ ਪੁਰਾਣੀ ਸਰਕਾਰ, ਮੇਰੇ ਮਨ ਚ ਤਾਂ ਇਹ ਸੀ ਮੰਤਰੀ ਜੀ ਭਈ ਜਦੋਂ ਭਰਤੀ ਹੋ ਜਾਊਗੀ, ਤੁਹਾਡੀ ਗੱਲ ਮੰਤਰੀ ਜੀ, ਸਪੀਕਰ ਸਾਹਿਬ ਮੰਤਰੀ ਜੀ, ਸਰ ਅਸੀਂ ਸਰ ਮੈਂ ਜਨਵਰੀ 2023 ਦੇ ਵਿੱਚ ਹਾਇਰ ਐਜੂਕੇਸ਼ਨ ਮਿਨਿਸਟਰ ਬਣਦਾ ਸਰ, ਸਰ ਵੀ ਵੈਂਟ ਟੂ LPS ਸਰ, ਸਰ ਇਹ ਮੈਂ ਇਸ ਕਰਕੇ ਨਹੀਂ ਉਦੋਂ ਬੋਲਿਆ ਸਰ ਤਾਂ ਕਿ ਉਹਨਾਂ ਬੱਚਿਆਂ ਦੀ ਜ਼ਿੰਦਗੀ ਨਾ ਖਰਾਬ ਹੋਵੇ ਸਰ, ਅਸੀਂ ਸਰ LPA ਦੇ ਵਿੱਚ ਹੈ, ਮੈਟਰ ਇਜ਼ ਬਿਫੋਰ ਦਾ ਚੀਫ ਜਸਟਿਸ ਆਫ ਪੰਜਾਬ ਐਂਡ ਹਾਈਕੋਰਟ ਸਰ, ਕੱਲ੍ਹ ਲਿਸਟਡ ਹੈ ਸਰ, 3 ਤਰੀਕਾਂ ਪਈਆਂ ਸਰ, ਹਰ ਤਰੀਕ ਤੋਂ ਪਹਿਲਾਂ ਅੱਜ ਤੱਕ ਕਦੇ ਕੋਈ ਮਿਨਿਸਟਰ ਨਹੀਂ ਹੋਊਗਾ ਜਿਹੜਾ ਉਹਨਾਂ ਬੱਚਿਆਂ ਨੂੰ ਆਪਣੇ ਘਰੇ ਬੁਲਾਉਂਦਾ ਸੀ, ਨਾਲੇ AG ਆਫਿਸ ਦਾ ਵਕੀਲ ਬੁਲਾਉਂਦਾ ਸੀ ਸਰ, ਹਰ ਮੀਟਿੰਗ ਤੋਂ ਪਹਿਲਾਂ ਸਰ ਮੇਰੇ ਘਰੇ 9 ਵਜੇ ਮੀਟਿੰਗ ਹੁੰਦੀ ਸੀ, ਹਰ ਵਕਤ ਸਰ ਮੈਂ ਆਫਿਸ 'ਚੋਂ ਬੈਠ ਕੇ ਖੁਦ ਹੇਅਰਿੰਗ ਸੁਣਦਾ ਸੀ ਸਰ, ਪੁੱਛ ਕੇ ਦੇਖ ਲੈਣ ਉਹਨਾਂ ਕੈਂਡੀਡੇਟਸ ਨੂੰ, ਅੱਜ ਤੱਕ ਇਹ ਕਿਹਾ ਗਿਆ ਕਦੀ ਮਿਲਿਆ ਨਹੀਂ ਸਰ, ਮੈਂ ਘੱਟੋ ਘੱਟ ਸਰ 50 ਵਾਰੀ ਮਿਲਿਆ ਹੋਊਗਾ, ਹਰ ਮੀਟਿੰਗ ਦੀ ਮੇਰੇ ਕੋਲ ਵੀਡੀਓ ਰਿਕਾਰਡਿੰਗ ਹੈ, ਹਰ ਮੀਟਿੰਗ ਦੀ ਮੇਰੇ ਕੋਲ ਆਡੀਓ ਵੀਡੀਓ ਰਿਕਾਰਡਿੰਗ ਹੈ ਸਰ, ਸਰ ਕਦੇ ਮੇਰੇ ਹਲਕੇ 'ਚ ਡਾਂਗ ਨਹੀਂ ਚੱਲੀ, ਠੀਕ ਹੈ ਸਰ, ਸਰ ਉਹ ਬੈਠੇ ਆ ਪਿਛਲੇ 80 ਦਿਨ ਤੋਂ, ਇਹਨਾਂ ਵਾਂਗੂ ਸਰ ਉੱਥੇ ਨਹੀਂ ਕਿ ਡਾਂਗਾਂ ਲਾਠੀਆਂ ਮਾਰੀਆਂ ਹੋਣ, ਅੱਜ ਸਰ ਉਹਨਾਂ ਦੀ ਜੀਵਨ ਇਹ ਵੀ ਦੱਸਦੀ ਅੱਜ ਹਾਊਸ ਨੂੰ ਸਰ, ਠੀਕ ਹੈ ਮੰਤਰੀ ਜੀ, ਸਰ ਇਹ ਵੀ ਦੱਸਦੀ ਹੈ ਸਰ, ਹੋ ਗਿਆ ਜੀ ਹੋ ਗਿਆ ਸਰ, ਕੱਲ ਤਰੀਕ ਹੈ ਉਸ ਕੇਸ ਦੀ ਸਰ, ਅਸੀਂ ਹੋ ਗਿਆ ਜੀ ਸਰ, ਠੀਕ ਹੈ ਮੰਤਰੀ।
ਠੀਕ ਹੈ ਜੀ, ਠੀਕ ਹੈ, ਠੀਕ ਹੈ ਜੀ, ਠੀਕ ਹੈ। ਰਾਜਾ ਜੀ, ਰਾਜਾ ਜੀ, ਰਾਜਾ ਬਣੇਗੀ ਬਾਜਵਾ ਸਾਹਿਬ ਜੀ। ਸਪੀਕਰ ਸਾਹਿਬ, ਮੈਂ ਬਾਜਵਾ ਸਾਹਿਬ ਕੁਝ ਕਹਿਣਾ ਚਾਹੁੰਦੇ? ਬਾਜਵਾ ਸਾਹਿਬ ਜੀ, ਕਰਾ ਦੋ ਬਾਜਵਾ ਜੀ। ਸਰ, ਇਹ ਜਿਹੜਾ ਮਾਈਨਿੰਗ ਦਾ ਮੁੱਦਾ, ਇੱਕ ਮਿੰਟ ਪਲੀਜ਼, ਇੱਕ ਸੈਕਿੰਡ ਪਲੀਜ਼। ਸਰ, ਮੇਰੀ ਬੇਨਤੀ ਹੈ, ਇੱਕ ਮਿੰਟ ਸਰ। ਲੈਟ ਅਸ ਨੋਟ ਕਾਸਟ ਐਸਪਰਸ਼ਨਸ ਔਨ ਮਾਈਨਿੰਗ। ਮੈਂ ਕਹਿੰਦਾ ਜਿੰਨੇ ਵੀ ਕਿਤੇ ਕੀਤੀ, ਹਾਊਸ ਦੀ ਕਮੇਟੀ ਬਣਾਓ, ਲੈਟ ਅਸ ਵਿਜ਼ਿਟ ਹਾਊਸ ਦੀ ਕਮੇਟੀ, ਜਾਏ ਆਲ ਪਾਰਟੀ ਮੈਂਬਰਸ ਜਾਣ, ਅਸੀਂ ਜਾ ਕੇ ਵਿਜ਼ਿਟ ਕਰੀਏ। ਭਾਵੇਂ ਸਾਡੇ ਛੋਟੇ ਵੀਰ ਨੇ ਅਨੰਦਪੁਰ ਸਾਹਿਬ ਦੀ ਗੱਲ ਕੀਤੀ ਹੈ, ਭਾਵੇਂ ਦੁਆਬੇ ਦੀ, ਭਾਵੇਂ ਮਾਝੇ ਦੀ ਜਾਂ ਮਾਲਵੇ ਦੀ ਹੈ, ਲੈਟ ਦੈਟ ਕਮੇਟੀ ਗੋ ਐਂਡ ਸੀ। ਦੇਰ ਆਰ ਵੈਰੀ ਸੀਰੀਅਸ ਐਸਪਰਸ਼ਨਸ ਕਾਸਟ ਬਾਈ ਦੀ ਆਨਰੇਬਲ ਹਾਈ ਕੋਰਟ ਆਲਸੋ। ਥੈਂਕ ਯੂ, ਤੁਸੀਂ ਕਿਰਪਾ ਕਰੋ। ਤੁਸੀਂ ਖੁਦ ਇਹ ਗੱਲ ਕਹੀ ਸੀ ਕਿ 20,000 ਕਰੋੜ ਰੁਪਈਆ ਇਸ ਸਾਲ ਦਾ ਮਾਈਨਿੰਗ 'ਚੋਂ ਦਾਂਗੇ। 18 ਮਹੀਨਿਆਂ ਬਾਅਦ 30,000 ਕਰੋੜ ਚਾਹੀਦਾ, 125 ਕਰੋੜ ਰੁਪਈਆ ਨਿਰਾਇਆ। ਠੀਕ, ਕਿਰਪਾ ਕਰਕੇ ਵਿਲ ਯੂ ਇਹ ਥੋੜਾ ਧਿਆਨ ਦਿਓਗੇ ਸਰ ਇਸ ਗੱਲ ਵੱਲ? ਥੈਂਕ ਯੂ। ਜੇ ਹਾਊਸ ਕਮੇਟੀ ਔਨ ਮਾਈਨਿੰਗ ਬਣਾਓ, ਵੀ ਵਿਲ, ਆਈ ਫੀਲ ਦੀ ਹੋਲ ਹਾਊਸ ਇਜ਼। ਥੈਂਕ ਯੂ, ਥੈਂਕ ਯੂ। ਪੁਰੀ ਸਾਹਿਬ, ਪੁਰੀ ਜੀ ਬੈਠੋ ਹੁਣ ਤੁਸੀਂ।